ਸਤਿ ਸ਼੍ਰੀ ਅਕਾਲ ਜੀਕੈਂਪੇਂਟ ਦੀ ਜਾਣ ਪਛਾਣ ਉੱਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਜੀਕੈਂਪੇਂਟ ਦੇ ਬਾਰੇ ਵਿੱਚ, ਇਸਤੇਮਾਲ ਅਤੇ ਫਾਇਦੇ, ਸੰਸਥਾਪਨ, ਇੱਕ ਨਵੀਂ ਫਾਈਲ ਖੋਲ੍ਹਣਾ, ਮੈਨੂ ਬਾਰ, ਟੂਲ ਬਾਰ ਅਤੇ ਸਟੇਟਸ ਬਾਰ। ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਵੀ ਸਿੱਖਾਂਗੇ, ਡਿਸਪਲੇ ਏਰੀਆ, ਡਾਕੂਮੈਂਟ ਦੀਆਂ ਵਿਸ਼ੇਸ਼ਤਾਵਾਂ, ਟੂਲਬਾਕਸ ਦੀ ਵਰਤੋਂ ਕਰਨਾ ਅਤੇ ਐਕਸਟੈਂਸ਼ਨ .gchempaint ਦੇ ਨਾਲ ਡਰਾਇੰਗ ਨੂੰ ਸੇਵ ਕਰਨਾ। ਇੱਥੇ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ ਲਿਨਕਸ ਓਐਸ ਵਰਜ਼ਨ 12.04, ਜੀਕੈਂਪੇਂਟ ਵਰਜ਼ਨ 0.12.10। ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ 8ਵੀਂ ਕਲਾਸ ਤੱਕ ਰਸਾਇਣਿਕ ਵਿਗਿਆਨ ਦੇ ਬੇਸਿਕਸ ਦਾ, ਉਬੰਟੂ ਸੌਫਟਵੇਅਰ ਸੈਂਟਰ ਦੀ ਵਰਤੋਂ ਕਰਕੇ ਜੀਕੈਂਪੇਂਟ ਨੂੰ ਬਹੁਤ ਆਸਾਨੀ ਨਾਲ ਸੰਸਥਾਪਿਤ ਕੀਤਾ ਜਾ ਸਕਦਾ ਹੈ। ਉਬੰਟੂ ਸੌਫਟਵੇਅਰ ਸੈਂਟਰ ਦੇ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਉਪਲਬਧ ਉਬੰਟੂ ਲਿਨਕਸ ਟਿਊਟੋਰਿਅਲ ਨੂੰ ਵੇਖੋ। ਜੀਕੈਂਪੇਂਟ ਕੀ ਹੈ? ਜੀਕੈਂਪੇਂਟ 2-ਡਾਇਮੈਂਸ਼ਨਲ ਕੈਮੀਕਲ ਸਟਰਕਚਰ ਐਡੀਟਰ ਹੈ। ਇਹਦੇ ਕੋਲ ਮਲਟੀਪਲ ਡਾਕੂਮੈਂਟਸ ਇੰਟਰਫੇਸ ਹੈ। ਜੀਕੈਂਪੇਂਟ ਤੁਹਾਨੂੰ ਆਗਿਆ ਦਿੰਦਾ ਹੈ 2-ਡਾਇਮੈਂਸ਼ਨਲ ਕੈਮੀਕਲ ਸਟਰਕਚਰਸ ਨੂੰ ਬਣਾਉਣਾ ਅਤੇ ਦਿਖਾਉਣ ਦੇ ਲਈ, ਟੈਂਪਲੇਟਸ ਨੂੰ ਡਰੈਗ ਅਤੇ ਡ੍ਰੌਪ ਕਰਨ ਲਈ, ਬੌਂਡਸ ਦੀ ਚੌੜਾਈ, ਐਂਗਲ ਅਤੇ ਲੰਬਾਈ ਬਦਲਣ ਲਈ, ਕੈਮੀਕਲ ਕੈਲਕੂਲੇਟਰ ਦੀ ਵਰਤੋਂ ਕਰਕੇ ਕੰਪਾਉਂਡਸ ਦੇ ਮੋਲੀਕੂਲਰ ਵੇਟ ਦਾ ਪਤਾ ਕਰਨਾ। ਜੀਕੈਂਪੇਂਟ ਹੇਠਾਂ ਦਿੱਤਾ ਗਿਆ ਇੱਕ ਸਹਾਇਕ ਹੈ, ਕੈਮੀਕਲ ਸਟਰਕਚਰਸ ਦਾ ਆਸਾਨ ਸਪਸ਼ਟੀਕਰਨ, 2-ਡਾਇਮੈਂਸ਼ਨਲ ਸਟਰਕਚਰਸ ਨੂੰ 3-ਡਾਇਮੈਂਸ਼ਨਲ ਸਟਰਕਚਰਸ ਵਿੱਚ ਬਦਲਣਾ, ਸਟਰਕਚਰਸ ਦਾ ਮੈਗਨੀਫਿਕੇਸ਼ਨ, ਐਟਮਸ ਦੀ ਆਟੋਮੈਟਿਕ ਅਤੇ ਮੈਨੂਅਲ ਅਸਾਈਨਮੈਂਟ। ਸਭ ਤੋਂ ਪਹਿਲਾਂ ਵੇਖਦੇ ਹਾਂ ਅਸੀਂ ਜੀਕੈਂਪੇਂਟ ਐਪਲੀਕੇਸ਼ਨ ਕਿਵੇਂ ਖੋਲ੍ਹਣੀ ਹੈ। ਡੈਸ਼ ਹੋਮ ਉੱਤੇ ਕਲਿੱਕ ਕਰੋ, ਸਰਚ ਬਾਰ ਦਿਖਦਾ ਹੈ, ਸਰਚ ਬਾਰ ਵਿੱਚ ਜੀਕੈਂਪੇਂਟ ਟਾਈਪ ਕਰੋ, ਜੀਕੈਂਪੇਂਟ ਆਈਕਨ ਉੱਤੇ ਕਲਿੱਕ ਕਰੋ। ਅਸੀਂ ਜੀਕੈਂਪੇਂਟ ਐਪਲੀਕੇਸ਼ਨ ਨੂੰ ਟਰਮੀਨਲ ਵਿੱਚੋਂ ਵੀ ਖੋਲ ਸਕਦੇ ਹਾਂ, ਕੰਟਰੋਲ, ਆਲਟ ਅਤੇ ਟੀ ਬਟਨਾਂ ਨੂੰ ਇੱਕੋ ਸਮੇਂ ਦਬਾਓ ਟਰਮੀਨਲ ਨੂੰ ਖੋਲ੍ਹਣ ਲਈ। ਜੀਕੈਂਪੇਂਟ ਟਾਈਪ ਕਰੋ ਅਤੇ ਐਂਟਰ ਦਬਾਓ। ਜੀਕੈਂਪੇਂਟ ਐਪਲੀਕੇਸ਼ਨ ਖੁੱਲ੍ਹਦੀ ਹੈ। ਇੱਕ ਵਿਸ਼ੇਸ਼ ਜੀਕੈਂਪੇਂਟ ਵਿੰਡੋ ਇਸ ਪ੍ਰਕਾਰ ਦਿਖਦੀ ਹੈ। ਇਹ ਮੈਨੂ ਬਾਰ ਹੈ। ਹੋਰ ਵਿੰਡੋ ਬੇਸਡ ਐਪਲੀਕੇਸ਼ਨ ਦੇ ਲਈ ਹੀ ਜੀਕੈਂਪੇਂਟ ਕੋਲ ਸਟੈਂਡਰਡ ਮੈਨੂ ਬਾਰ ਹੁੰਦਾ ਹੈ। ਮੈਨੂ ਬਾਰ ਵਿੱਚ ਆਈਟਮਸ ਜਿਵੇਂ ਫਾਈਲ, ਐਡਿਟ, ਵਿਊ, ਟੂਲਸ, ਵਿੰਡੋਜ਼ ਅਤੇ ਹੈਲਪ ਆਪਸ਼ਨਸ ਸ਼ਾਮਿਲ ਹੁੰਦੇ ਹਨ। ਟੂਲਬਾਰ ਕੋਲ ਸਭ ਤੋਂ ਜ਼ਿਆਦਾ ਵਰਤੇ ਹੋਏ ਕਮਾਂਡਸ ਆਈਕਨ ਦੇ ਰੂਪ ਵਿੱਚ ਹੁੰਦੇ ਹਨ। ਇੱਥੇ ਇੱਕ ਨਵੀਂ ਫਾਈਲ ਖੋਲ੍ਹਣ ਲਈ ਆਈਕਨ ਹਨ, ਮੌਜੂਦਾ ਫਾਈਲ ਖੋਲ੍ਹਣ ਲਈ, ਫਾਈਲ ਸੇਵ ਕਰਨ ਲਈ ਅਤੇ ਫਾਈਲ ਪ੍ਰਿੰਟ ਕਰਨ ਲਈ। ਇਹ ਡਿਸਪਲੇ ਏਰੀਆ ਹੈ। ਡਿਸਪਲੇ ਏਰੀਆ ਫਾਈਲ ਦੇ ਸਟਰਕਚਰਸ ਅਤੇ ਕੰਟੈਂਟਸ ਨੂੰ ਦਿਖਾਉਂਦਾ ਹੈ ਜੋ ਅਸੀਂ ਡਰਾਅ ਅਤੇ ਐਡਿਟ ਕਰਦੇ ਹਾਂ। ਅਸੀਂ ਟੂਲਬਾਰ ਵਿੱਚੋਂ ਟੂਲਸ ਨੂੰ ਡਿਸਪਲੇ ਏਰੀਆ ਦੇ ਅੰਦਰ ਡਰੈਗ ਅਤੇ ਡ੍ਰੌਪ ਕਰ ਸਕਦੇ ਹਾਂ। ਸਟੇਟਸ ਬਾਰ ਮੌਜੂਦਾ ਜੀਕੈਂਪੇਂਟ ਦੀ ਹਲਚਲ ਦੇ ਬਾਰੇ ਵਿੱਚ ਜਾਣਕਾਰੀ ਦਿਖਾਉਂਦਾ ਹੈ। ਇਹ ਮੈਨੂ ਆਈਟਮ ਦੇ ਬਾਰੇ ਵਿੱਚ ਪ੍ਰਸੰਗਿਕ ਜਾਣਕਾਰੀ ਨੂੰ ਵੀ ਵਿਖਾਉਂਦਾ ਹੈ। ਹੁਣ ਮੈਂ ਡਾਕੂਮੈਂਟ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਮਝਾਵਾਂਗਾ। ਡਾਕੂਮੈਂਟ ਪ੍ਰੋਪਰਟੀਜ਼ ਵਿੰਡੋ ਖੋਲ੍ਹਣ ਲਈ ਫਾਈਲ ਮੈਨੂ ਉੱਤੇ ਕਲਿੱਕ ਕਰੋ, ਪ੍ਰੋਪਰਟੀਜ਼ ਉੱਤੇ ਜਾਓ ਅਤੇ ਇਸ ਉੱਤੇ ਕਲਿੱਕ ਕਰੋ। ਡਾਕੂਮੈਂਟ ਪ੍ਰੋਪਰਟੀਜ਼ ਵਿੰਡੋ ਖੋਲ੍ਹਦੀ ਹੈ। ਇਸ ਨੂੰ ਵੱਡਾ ਕਰਨ ਲਈ ਮੈਂ ਡਾਕੂਮੈਂਟ ਪ੍ਰੋਪਰਟੀਜ਼ ਵਿੰਡੋ ਨੂੰ ਡਰੈਗ ਕਰਾਂਗਾ। ਡਾਕੂਮੈਂਟ ਪ੍ਰੋਪਰਟੀਜ਼ ਵਿੰਡੋ ਕੋਲ ਹੇਠਾਂ ਦਿੱਤੇ ਗਏ ਫੀਲਡਸ ਹੁੰਦੇ ਹਨ। ਟਾਈਟਲ, ਚਲੋ
ਡਾਕੂਮੈਂਟ ਦਾ ਟਾਈਟਲ ਪ੍ਰੋਪੇਨ ਟਾਈਪ ਕਰਦੇ ਹਾਂ। ਆਥਰਸ ਨੇਮ, ਚਲੋ ਆਥਰ ਦਾ ਨਾਮ ਮਾਧੁਰੀ ਟਾਈਪ ਕਰਦੇ ਹਾਂ। ਈਮੇਲ, ਇਸ ਨੂੰ ਖਾਲੀ ਛੱਡ ਦਿੰਦੇ ਹਾਂ। ਹਿਸਟਰੀ, ਇਹ ਫੀਲਡ ਡਾਕੂਮੈਂਟ ਨੂੰ ਬਣਾਉਣ ਦੀ ਤਾਰੀਖ ਦਿਖਾਉਂਦਾ ਹੈ। ਇਹ ਡਾਕੂਮੈਂਟ ਦੀ ਬਦਲੀ ਹੋਈ ਤਾਰੀਖ ਵੀ ਵਿਖਾਉਂਦਾ ਹੈ। ਇਸ ਦਾ ਮਤਲਬ ਇਹ ਡਾਕੂਮੈਂਟ ਦੀ ਅਗਲੀ ਬਦਲੀ ਹੋਈ ਡੇਟ ਵੀ ਦਿਖਾਏਗਾ। ਥੀਮ, ਚਲੋ ਇਸ ਫੀਲਡ ਨੂੰ ਜੀਚੈਂਪੇਂਟ ਲਈ ਛੱਡ ਦਿੰਦੇ ਹਾਂ। ਕਮੈਂਟਸ, ਕਮੈਂਟਸ ਫੀਲਡ ਵਿੱਚ ਅਸੀਂ ਡਾਕੂਮੈਂਟਸ ਨਾਲ ਸੰਬੰਧਿਤ ਟੈਕਸਟ ਜੋੜ ਸਕਦੇ ਹਾਂ। ਚਲੋ ਕੰਪਾਊਂਡ ਦਾ ਨਾਮ ਅਤੇ ਇਸ ਦਾ ਫਾਰਮੂਲਾ ਐਂਟਰ ਕਰਦੇ ਹਾਂ। ਪ੍ਰੋਪੇਨ CH3 CH2 CH3। ਵਿੰਡੋ ਬੰਦ ਕਰਨ ਲਈ ਕਲੋਜ਼ ਬਟਨ ਉੱਤੇ ਕਲਿਕ ਕਰਦੇ ਹਾਂ। ਅੱਗੇ ਟੂਲਬਾਕਸ ਦੇ ਬਾਰੇ ਵਿੱਚ ਸਿੱਖਦੇ ਹਾਂ। ਟੂਲਬਾਕਸ ਦੇ ਕੋਲ ਵੱਖ-ਵੱਖ ਟੂਲਸ ਲਈ ਬਟਨਸ ਹਨ। ਟੂਲਬਾਕਸ ਐਕਟਿਵ ਡਾਕੂਮੈਂਟ ਵਿੰਡੋ ਦੇ ਨਾਲ ਦਿਖਾਇਆ ਜਾਂਦਾ ਹੈ। ਹੁਣ ਟੂਲਬਾਕਸ ਬਟਨਾਂ ਦੀ ਵਰਤੋਂ ਕਰਕੇ ਸਟਰਕਚਰਸ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਪ੍ਰੋਪੇਨ ਦਾ ਸਟਰਕਚਰ ਬਣਾਉਂਦੇ ਹਾਂ। ਪ੍ਰੋਪੇਨ CH3 CH2 CH3 ਹੈ। ਕਾਰਬਨ ਚੇਨ ਬਣਾਉਣ ਲਈ ਟੂਲਬਾਕਸ ਵਿੱਚੋਂ ਐਡ ਅ ਚੇਨ ਟੂਲ ਦੀ ਵਰਤੋਂ ਕਰਦੇ ਹਾਂ। ਐਡ ਅ ਚੇਨ ਟੂਲ ਉੱਤੇ ਕਲਿਕ ਕਰੋ ਅਤੇ ਫਿਰ ਡਿਸਪਲੇ ਏਰੀਆ ਉੱਤੇ ਕਲਿਕ ਕਰੋ। ਡਿਸਪਲੇ ਏਰੀਆ ਉੱਤੇ ਕਾਰਬਨ ਚੇਨ ਬਣੀ ਹੈ। ਚੇਨ ਦੀ ਓਰੀਐਂਟੇਸ਼ਨ ਬਦਲਣ ਦੇ ਲਈ ਐਡ ਅ ਚੇਨ ਟੂਲ ਉੱਤੇ ਕਲਿਕ ਕਰੋ। ਡਿਸਪਲੇ ਏਰੀਆ ਵਿੱਚ ਚੇਨ ਨੂੰ ਓਰੀਐਂਟ ਕਰਨ ਲਈ ਖੱਬੇ ਮਾਊਸ ਬਟਨ ਨੂੰ ਦਬਾ ਕੇ ਰੱਖੋ। ਖੱਬੇ ਮਾਊਸ ਬਟਨ ਨੂੰ ਤਦ ਤੱਕ ਨਾ ਛੱਡੋ ਜਦੋਂ ਤੱਕ ਚੇਨ ਦੀ ਦਿਸ਼ਾ ਨਿਸ਼ਚਿਤ ਨਾ ਕੀਤੀ ਜਾਵੇ। ਦਿਸ਼ਾ ਨਿਸ਼ਚਿਤ ਕਰਨ ਤੋਂ ਬਾਅਦ ਖੱਬੇ ਮਾਊਸ ਬਟਨ ਨੂੰ ਛੱਡ ਦਿਓ। ਅਸੀਂ ਵੇਖਦੇ ਹਾਂ ਕਿ ਕਾਰਬਨ ਚੇਨ ਬਣ ਗਈ ਹੈ। ਧਿਆਨ ਰੱਖੋ, ਜੇਕਰ ਇੱਕ ਵਾਰੀ ਅਸੀਂ ਡਿਸਪਲੇ ਏਰੀਆ ਉੱਤੇ ਕਲਿਕ ਕਰਦੇ ਹਾਂ ਤਾਂ ਚੇਨ ਦੀ ਲੰਬਾਈ ਅਤੇ ਓਰੀਐਂਟੇਸ਼ਨ ਨਿਸ਼ਚਿਤ ਹੋ ਜਾਂਦੀ ਹੈ। ਹੁਣ ਚੇਨ ਦੇ ਹਰ ਇੱਕ ਸਥਾਨ ਉੱਤੇ ਐਟਮਸ ਨੂੰ ਦਿਖਾਉਂਦੇ ਹਾਂ। ਇੱਥੇ ਸਾਡੇ ਕੋਲ ਐਟਮਸ ਨੂੰ ਦਿਖਾਉਣ ਲਈ 3 ਸਥਾਨ ਹਨ। ਪਹਿਲੇ ਸਥਾਨ ਉੱਤੇ ਰਾਈਟ ਕਲਿਕ ਕਰੋ। ਇੱਕ ਸਬ ਮੈਨਿਊ ਖੁੱਲ੍ਹਦਾ ਹੈ। ਐਟਮ ਚੁਣੋ ਅਤੇ ਐਟਮਸ ਨੂੰ ਉਸ ਸਥਾਨ ਤੇ ਦਿਖਾਉਣ ਲਈ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ। ਇਸ ਤਰ੍ਹਾਂ ਸਾਰੇ ਸਥਾਨਾਂ ਉੱਤੇ ਐਟਮਸ ਨੂੰ ਦਿਖਾਉਂਦੇ ਹਾਂ। ਰਾਈਟ ਕਲਿਕ ਕਰਕੇ ਐਟਮ ਨੂੰ ਚੁਣੋ, ਡਿਸਪਲੇ ਸਿੰਬਲ ਉੱਤੇ ਕਲਿਕ ਕਰੋ। ਇੱਥੇ ਪ੍ਰੋਪੇਨ ਦਾ ਸਟਰਕਚਰ ਬਣਾਇਆ ਗਿਆ ਹੈ। ਅੱਗੇ ਚਲੋ ਉਸੇ ਵਿੰਡੋ ਉੱਤੇ ਪੈਂਟੇਨ ਦਾ ਸਟਰਕਚਰ ਬਣਾਉਂਦੇ ਹਾਂ। ਐਡ ਅ ਚੇਨ ਟੂਲ ਉੱਤੇ ਕਲਿਕ ਕਰੋ, ਫਿਰ ਡਿਸਪਲੇ ਏਰੀਆ ਉੱਤੇ ਕਲਿਕ ਕਰੋ। ਚੇਨ ਦੀ ਲੰਬਾਈ ਵਧਾਉਣ ਲਈ ਖੱਬੇ ਮਾਊਸ ਬਟਨ ਨੂੰ ਦਬਾ ਕੇ ਰੱਖੋ ਅਤੇ ਕਰਸਰ ਨੂੰ ਖਿੱਚੋ। ਓਰੀਐਂਟੇਸ਼ਨ ਨੂੰ ਲੋੜੀਂਦੀ ਦਿਸ਼ਾ ਵਿੱਚ ਬਦਲੋ ਅਤੇ ਖੱਬੇ ਮਾਊਸ ਬਟਨ ਨੂੰ ਛੱਡ ਦਿਓ। ਹੁਣ ਸਾਰੇ ਸਥਾਨਾਂ ਉੱਤੇ ਐਟਮਸ ਨੂੰ ਦਿਖਾਉਂਦੇ ਹਾਂ। ਇੱਥੇ ਸਾਡੇ ਕੋਲ ਐਟਮਸ ਨੂੰ ਦਿਖਾਉਣ ਲਈ 5 ਸਥਾਨ ਹਨ। ਪਹਿਲੇ ਸਥਾਨ ਉੱਤੇ ਐਟਮਸ ਨੂੰ ਦਿਖਾਉਣ ਲਈ ਰਾਈਟ ਕਲਿਕ ਕਰੋ ਅਤੇ ਸਬ ਮੈਨਿਊ ਖੁੱਲ੍ਹਦਾ ਹੈ। ਐਟਮਸ ਨੂੰ ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ। ਇਸ ਤਰ੍ਹਾਂ ਚਲੋ ਐਟਮਸ ਨੂੰ ਸਾਰੇ ਸਥਾਨਾਂ ਉੱਤੇ ਦਿਖਾਉਂਦੇ ਹਾਂ। ਇੱਥੇ ਪੈਂਟੇਨ ਦਾ ਸਟਰਕਚਰ ਬਣਾਇਆ ਗਿਆ ਹੈ। ਹੁਣ ਫਾਈਲ ਨੂੰ ਸੇਵ ਕਰਦੇ ਹਾਂ। ਫਾਈਲ ਮੈਨਿਊ ਉੱਤੇ ਕਲਿਕ ਕਰੋ ਅਤੇ ਸੇਵ ਐਜ਼ ਨੂੰ ਚੁਣੋ। ਸੇਵ ਐਜ਼ ਡਾਇਲੌਗ ਬਾਕਸ ਖੁੱਲ੍ਹਦਾ ਹੈ। ਫਾਈਲ ਟਾਈਪ ਦੇ ਲਈ ਡ੍ਰੌਪ ਡਾਊਨ ਐਰੋ ਉੱਤੇ ਕਲਿਕ ਕਰੋ। ਕਈ ਪ੍ਰਕਾਰ ਦੇ ਸੇਵ ਫਾਰਮੈਟਸ ਦੇਖੇ ਗਏ ਹਨ। 2D ਕੈਮੀਕਲ ਸਟਰਕਚਰ ਨੂੰ ਚੁਣੋ। ਫਾਈਲ ਦਾ ਨਾਮ propane.gchempaint ਟਾਈਪ ਕਰੋ ਅਤੇ ਸੇਵ ਬਟਨ ਉੱਤੇ ਕਲਿਕ ਕਰੋ। ਡੋਟ ਜੀਕੈਮਪੇਂਟ ਐਕਸਟੈਂਸ਼ਨ ਦੇ ਨਾਲ ਫਾਈਲ ਸੇਵ ਹੋਈ ਹੈ।
ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਚਲੋ ਇਸ ਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਜੀਚੈਂਪੇਂਟ ਦੇ ਬਾਰੇ ਵਿੱਚ, ਵਰਤੋਂ ਅਤੇ ਇਸ ਦੇ ਫਾਇਦੇ ਬਾਰੇ ਵਿੱਚ, ਸੰਸਥਾਪਨ, ਇੱਕ ਨਵੀਂ ਫਾਈਲ ਖੋਲ੍ਹਣਾ, ਮੈਨੂ ਬਾਰ, ਟੂਲ ਬਾਰ ਅਤੇ ਸਟੇਟਸ ਬਾਰ। ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿੱਖਿਆ। ਡਿਸਪਲੇ ਏਰੀਆ, ਡਾਕੂਮੈਂਟ ਦੀਆਂ ਵਿਸ਼ੇਸ਼ਤਾਵਾਂ, ਟੂਲ ਬਾਕਸ ਦੀ ਵਰਤੋਂ ਕਰਨਾ ਅਤੇ .gchempaint ਐਕਸਟੈਂਸ਼ਨ ਦੇ ਨਾਲ ਡਰਾਇੰਗ ਸੇਵ ਕਰਨਾ। ਇੱਕ ਅਸਾਈਨਮੈਂਟ ਦੇ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ n ਹੈਕਸੇਨ ਅਤੇ n ਓਕਟੇਨ ਦੇ ਸਟਰਕਚਰ ਬਣਾਓ। ਓਰੀਐਂਟੇਸ਼ਨ ਨੂੰ ਬਦਲੋ, ਹਰ ਇੱਕ ਸਥਾਨ ਉੱਤੇ ਐਟਮਸ ਨੂੰ ਦਿਖਾਓ। ਅਸਾਈਨਮੈਂਟ ਦੀ ਆਉਟਪੁੱਟ ਇਸ ਪ੍ਰਕਾਰ ਦਿਖਣੀ ਚਾਹੀਦੀ ਹੈ। ਇਸ URL ਉੱਤੇ ਉਪਲਬਧ ਵੀਡੀਓ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ, ਜੋ ਭਾਰਤ ਸਰਕਾਰ ਦੀ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸਪੋਰਟ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲਬਧ ਹੈ। IIT ਬੰਬੇ ਵੱਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।